ਗਮ ਬਾਤੀ ਕਮਲ ਕਮਲਾ ਪਾਤੀ ਰਾਮ ਭਗਤ ਰਾਮਾਨੰਦ ਜਾਣੇ ਪੂਰਨ ਪਰਮਾਨੰਦ ਬਖਾਣੇ ਮਨ ਮੂਰਤ ਪੈਦਾ ਗੋਬਿੰਦੇ ਸੈਨ ਬਣੇ ਭਗਤ ਪਰਮਾਨੰਦੇ ਬਚਰ ਨਿਰਤ ਦਿਖਾਵੇ ਸੰਕਨ ਕੀ ਤੋਨ ਕੰਡਨ ਕੀ ਕਰ ਭੂਲਨ ਕੀ ਬਰ ਖਾਵਰ ਖਾਵੇ ਪਾਰ ਕੀ ਕੋਟ ਕਰੇ ਸੁਰ ਸੁੰਦਰ ਭੇਰ ਪੁਰੰਦਰ ਕੈ ਬਦ ਜਾਵੇ ਦਾਨਕ ਦਚਨ ਦੈ ਕੈ ਪ੍ਰਦਚਨ ਪਾਲ ਮੈਂ ਕੁੰਕਮ ਚਲਾਵੇ ਹੋ ਪੁਲਾਹਨ ਦੇਵ ਪੁਰੀ ਮਿਲ ਦੇਵਨ ਕੇ ਕੁਲ ਮੰਗਲ ਗਾਵੇ ਮਰੋ ਪੈ ਸਾਚ ਪਤੀ ਜੈ ਸੰਤ ਸਹਾਇ ਸਦਾ ਜਗ ਮਾਇ
राम रहीम गुरु गुरान अनेक कह मत एक न मान्यो सिमरत शास्त्र वेद सुबे ओ भेद कह हम एक न जानियो सियस पाप कृपा तुम्हारी कर मैं न कहो सब कोए न खायो दुरा सब द्वार को छाड़ के गयो तुहारो द्वार बाहीं गही की लाज अस गूंज दास ऐसे चंड प्रताप ते देव बड़ो प्रताप तीन लोक जय जय करे रहे चक्रवर्ती चतुर चक्र भुगति स्वयं भव सुभन सर्वदा सर्व दुकाल रासी दयाल सदाल भंगन रोगन तैयार सोगन चाल रोगन बहु पात सतने बीज बचावे सुपेटी के पर बीज बचावे जगत सो बुलाओ सबन को शब्द वाहे वाहे बिरड़ा करो खालसा पंथ की सुर प्रवेशा जगै सिंह जो दे जजन भजन मम खाल सा जजन भजन मम खाल सा जजन भजन मम खाल सा जजन
ਸਿੰਘ ਫਤਿਹ ਖਾਲਸਾ ਦਸ ਗੋਬਿੰਦ ਸਿੰਘ ਫਤਿਹ ਖਾਲਸਾ ਦਰਸ ਪਰਸ ਮਿਟੇ ਸੋ ਦਸ ਗੋਬਿੰਦ ਸਿੰਘ ਫਤਿਹ ਦਰਸ਼ਨ ਪਰਸ ਖਾਲਸਾ ਦਰਸ਼ਨ ਪਰਸ ਖਾਲਸਾ ਮਤ ਰੂਪ ਸਤਿਜਾਨ ਮੁਕਤ ਰੂਪ ਸਤਿਜਾਨ ਸਤਿ ਸ਼੍ਰੀ ਅਕਾਲ।
ਸ਼੍ਰੀ ਸਰਬਲੋ ਜੀ ਮਹਾਰਾਜ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬਿਜੋ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਰਸ ਪਰਸ ਮਿਟੇ ਸੋ ਮੇਰੋ ਇਸ਼ਟਿਆ ਨਿਸ਼ਠਾ ਖਾਲਸਾ ਪੂਜ ਉਠਿਆਨ ਦਰਸ਼ਨ ਦਰਸ਼ਨ ਪਰਸਨ ਖਾਲਸਾ ਮੁਕਤ ਰੂਪ ਸਤਜਾ ਹਮਾਰੀ ਪਿਆਰੀ ਤਾਰੀ ਗੁਰੂ ਨਿਮਖ ਨਾ ਮੰਦਿਰ ਡਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਆਤਮ ਰਸ ਜੇ ਆਤਮ ਰਸ ਜੇ ਜਾਨੀ ਰਸ ਜੇ ਜਾਨੀ ਤਾਂ ਆਪਣਿਓ ਗਰੀਬ ਨਿਵਾਜ ਸ਼ਸਤਰ ਕੇ ਅਧੀਨ ਹੈ ਰਾਵ ਤੁਨੰ ਸੰਸਾਰੇ ਪ੍ਰਭੂ ਜੀ ਸੁਣਾ ਬਿਨਾ ਤੇਗ ਤੀਰੰ ਰਹੇ ਨੇ ਭਾਈ ਬਿਨਾ ਸ਼ਸਤਰ ਕੇ ਸੰਗਰੰਗ ਭੇੜ ਜਾਨੋ ਗਹੇ ਕਾਲ ਤਾ ਕੋ ਕਿਤੇ ਲੈ ਸਿਧਾਨੋ ਹੈ ਮੁਰਿਆ ਗਿਆ ਸੁਣੋਗੇ ਪਿਆਰ ਬਿਨਾ ਦੇਹੋ ਦਿਦਾ ਕਛ ਕਿਰਪਾਨ ਨਾ ਕਬੂ ਤਿਆਗੇ ਸਨਮੁਖ ਲਰੇ ਨਾਰਾਇਣ ਪਾਵੇ ਰਹਿਣੀ ਰਹਿ ਸੋਈ ਸਿੱਖ ਮੇਰਾ ਸਾਹਿਬ ਮੈਂ ਉਸਕਾ ਚੀਰਾ ਜਬ ਹੀ ਕਹੇ ਵਿਵਰਣ ਕੀਰੀ ਮੈਂ ਨਾ ਇਨਕੀ ਪ੍ਰਤੀਤ ਜਬ ਲਗ ਖਾਲਸਾ ਰਹੇ ਨਿਆਰਾ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਦੇਵ ਜੀਉ ਮੈਂ ਸਾਰਾ ਜਬ ਹੀ ਕਹਿ ਪ੍ਰਣ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਆਤਮ ਰਸ ਜੇ ਜਾਨਹੀ ਰਸ ਜੇ ਜਾਨਹੀ ਪ੍ਰਭ ਮੋ ਮੈਂ
ਸਭਨ ਕੋ ਸ਼ਬਦ ਵਾਰੇ ਵਾਰੇ ਦ੍ਰਿੜਾ ਕਰੋ ਖਾਲਸਾ ਪੰਥ ਦੀ ਸੁਰਖ ਵਿਸਾ ਜਗੈ ਸਿੱਖ ਜੋ ਦੇ ਕਰੈ ਪੇਸਾ ਖੰਡਾ ਪ੍ਰਥਮ ਸਾਜ ਕੈ ਜਿਨ ਸਭ ਸੇ ਸਾਜ ਪਾਇਆ ਬ੍ਰਹਮਾ ਵਿਸ਼ਨੂ ਮਹੇਸ਼ ਸਾ ਕੁਦਰਤੀ ਦਾ ਖੇਲ ਚਾਇ ਬਨਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ ਜਜਨ ਭਜਨ ਮਮ ਖਾਲਸਾ ਖਾਲਸਾ ਪੂਜਬੇ ਜੋਗ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਰਸ ਬਰਸ ਮਿਟੀ ਸੀ ਤਨ ਤਨ ਰਹਿ ਬੇ ਕੁਲ ਆਲਮ ਚਵਰ ਤਖਤ ਸ਼ਤਰ ਸਿੰਘਾਸਣ ਦੇ ਮਾਲਕ ਗੱਦੀ ਤੇ ਵਿਰਾਜਮਾਨ ਦਸਾਂ ਪਾਤਸ਼ਾਹੀਆਂ ਕੀ ਜੋਤ ਸਰੂਪ ਸ਼ਹਿਨਸ਼ਾਹ ਦਾ ਤਾਰ ਜੀ ਗੁਰਦੇਵ ਪਿਤਾ ਜੀ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨ ਸ਼ਰਨ ਵਿੱਚ ਹਾਜ਼ਰ ਸਾਧ ਸੰਗਤ ਜੀ ਔਰ ਸਾਰੇ ਹੀ ਮਨ ਮਨੀਆਂ ਇਕਾਗਰ ਕਰਦੇ ਹੋਏ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਕਰੀਏ ਸਾਰੇ ਹੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਸ਼ਹੀਦਾਂ ਨੂੰ
ਜਿਨ੍ਹਾਂ ਪਿਆਰਿਆਂ ਨੂੰ ਮਰ ਜੀਵੜਿਆਂ ਨੂੰ ਸਮਰਪਿਤ ਹੋ ਕਰਕੇ ਜਿਨ੍ਹਾਂ ਦੇ ਅਸਥਾਨਾਂ ਤੇ ਸੱਜ ਬੈਠੇ ਹਨ। ਸਤਿਗੁਰੂ ਦਸ਼ਮੇਸ਼ ਪਿਤਾ ਜੀ ਮਹਾਰਾਜ ਸਰਵਲੋਕ ਬਾਣੀ ਦੇ ਅੰਦਰ ਕੀ ਸ਼ਬਦ ਜੋ ਆਪਣੇ ਨੇ ਸ਼੍ਰਵਣ ਕੀਤਾ ਹੈ, ਉਚਾਰਨ ਕਰਦੇ ਨੇ ਮਹਾਰਾਜ ਜੀ, ਬਖਸ਼ਿਸ਼ ਕਰਦੇ ਨੇ, ਜਜਨ ਭਜਨ ਮਮ ਖਾਲਸਾ ਖਾਲਸਾ ਪੂਜਵੇ ਜੋਗ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਰਸ ਪਰਸ ਮਿਟੇ ਸੋ। ਸਤਿਗੁਰੂ ਜੀ ਮਹਾਰਾਜ ਜੀ ਫਰਮਾਉਂਦੇ ਨੇ ਮੇਰੋ ਇਸ਼ਟ ਅਰ ਨਿਸ਼ਠਾ ਖਾਲਸਾ ਪੂਜਨ ਧਿਆਨ। ਖਾਲਸ ਉਹ ਹੈ ਮਹਾਰਾਜ ਜੀ ਕਹਿੰਦੇ ਜਿਹਨੇ ਆਤਮ ਰਸ ਜਿਹ ਜਾਣੇ, ਅੰਦਰ ਬੈਠੇ ਆਤਮਾ ਦੇ ਵਿੱਚ ਬੈਠੇ ਪਰਮਾਤਮਾ ਨੂੰ ਪਛਾਣ ਲਿਆ, ਮਹਾਰਾਜ ਜੀ ਕਹਿੰਦੇ ਉਹ ਹੈ ਖਾਲਸਾ, ਉਹ ਹੈ ਦੇਵਤਾ ਆਤਮ ਰਸ ਜਿਹ ਜਾਣੇ ਸੋ ਹੈ ਖਾਲਸ ਦੇਵ। ਫਿਰ ਮਹਾਰਾਜ ਜੀ ਕਹਿੰਦੇ ਨੇ ਪ੍ਰਭ ਮੈਂ ਉਹ ਮੈਂ ਦਾਸ ਮੈਂ ਰੰਜਕ ਨਾਹੀਂ। ਫਿਰ ਮੇਰੇ ਵਿੱਚ ਖਾਲਸੇ ਦੇ ਵਿੱਚ ਤੇ ਅਕਾਲ ਪੁਰਖ ਜੀ ਵਿੱਚ ਮਹਾਰਾਜ ਜੀ ਕਹਿੰਦੇ ਰਤੀ ਜਿੰਨਾ ਵੀ ਫਰਕ ਨਾ ਜਾਣਨਾ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਮਹਾਰਾਜ ਜੀ ਦਾ ਬਚਨ ਹੈ ਜਿਸ ਪਿਆਰੇ ਸੀ ਉਹ ਨੇ ਹੋ ਤਿਸ ਆਗੈ ਮਰ ਚਲੀਐ ਧ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵੈ। ਕਹਿੰਦੇ ਜਿਹਦੇ ਜਿਸ ਪਿਆਰੇ ਦੇ ਨਾਲ ਨੇਹੋ ਹੋਵੇ ਨਾ ਪ੍ਰੇਮ ਹੋਵੇ, ਉਸ ਪਿਆਰੇ ਤੋਂ ਇਨਸਾਨ ਆਪਣਾ ਆਪ ਹੀ ਵਾਰ ਦੇਵੇ, ਇਹਦੋਂ ਵੱਡੀ ਕੁਰਬਾਨੀ ਹੋਰ ਪ੍ਰੇਮ ਉਤੋਂ ਕਿਹੜੀ ਹੋ ਸਕਦੀ। ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੈ ਜੀਵਨ, ਸਮਾਂ ਥੋੜ੍ਹਾ ਹੈ। ਸਤਿਗੁਰੂ ਜੀ ਦਾ ਪਾਵਨ ਬਚਨ ਬੜੇ ਹੀ ਆਨੰਦ ਨਾਲ ਸਾਰੇ ਹੀ ਆਪਣੇ ਕੰਨਾਂ ਦੇ ਨਾਲ ਸ਼ਰਣ ਵੀ ਕਰੀਏ, ਆਪਣੀ ਰਸਨਾ ਤੋਂ ਗਾਉਣਾ ਵੀ ਕਰੀਏ। ਮਹਾਰਾਜ ਜੀ ਦਾ ਬਚਨ ਹੈ ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੈ ਹਰ ਪ੍ਰਭ ਤੇਰੇ ਰਾਮ ਤੇ ਸ਼ਰਵਣ ਭਲੇ, ਸੋ ਵਨੀਤ ਹੈ ਮੇਰੀ ਜਿੰਦੜੀਏ ਹਰ ਕੀਰਤਨ ਸੁਣੈ ਹਰ ਤੇਰੇ। ਸਤਿਗੁਰੂ ਜੀ ਦਾ ਪਾਵਨ ਬਚਨ ਬੜੇ ਆਨੰਦ ਸਹਿਤ ਸ਼ਰਵਣ ਕਰੀਏ। ਜੋ ਸਾਜ ਆਪ ਜੀ ਦੇ ਯਾਦ ਲਈ ਦੱਸ ਦਈਏ, ਜੋ ਦਾਸ ਦੇ ਹੱਥਾਂ ਦੇ ਵਿੱਚ ਆਪ ਜੀ ਦਰਸ਼ਨ ਕਰ ਰਹੇ ਹੋ, ਇਸ ਦਾ ਨਾਮ ਹੈ ਤਾਊ। ਫਾਰਸੀ ਭਾਸ਼ਾ ਦੇ ਵਿੱਚ ਮੋਰ ਨੂੰ ਤਾਊ, ਪੰਜਾਬੀ ਦੇ ਵਿੱਚ ਮੋਰ, ਫਾਰਸੀ ਦੇ ਵਿੱਚ ਤਾਊ। ਇਸ ਦੀ ਬਣਤਰ ਦਸ਼ਮੇਸ਼ ਪਿਤਾ ਜੀ ਮਹਾਰਾਜ ਜੀ ਨੇ ਮੋਰ ਨੂੰ ਬਣਾਈ ਹੈ, ਔਰ ਇਸ ਦੀ ਆਵਾਜ਼ ਦੇ ਵਿੱਚੋਂ ਵੀ ਮੋਰ ਦੀ ਆਵਾਜ਼ ਦੀ ਚਲ ਚਲੀ ਜਾਂਦੀ ਹੈ। ਸਤਿਗੁਰੂ ਜੀ ਨੇ ਸਾਜ ਆਪ ਆਪਣੇ ਕਰ ਕਮਲਾਂ ਦੇ ਨਾਲ ਬਣਾਇਆ ਤੇ ਖਾਲਸੇ ਪੰਥ ਦੀ ਝੋਲੀ ਪਾਇਆ ਕੀਰਤਨ ਕਰਨ ਦੇ ਲਈ। ਇਹ ਸਾਜ ਭਾਈ ਭਾਈ ਗੁਰਮਾਨ ਸਿੰਘ ਜੀ ਵਜਾ ਰਹੇ ਨੇ, ਇਸ ਨੂੰ ਬੋਲਦੇ ਨੇ ਦਿਲ ਰੁਬਾ, ਦਿਲ ਨੂੰ ਰੁਬਾਉਣ ਵਾਲਾ ਸਾਜ। ਇਹ ਸਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਪਹਿਲਾ ਯੁੱਧ ਜਿੱਤਿਆ ਹੈ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਜਨਮ ਹੋਇਆ, ਆਗਮਨ ਹੋਇਆ, ਉਸ ਸਮੇਂ ਮਹਾਰਾਜ ਜੀ ਨੇ ਉਸ ਖੁਸ਼ੀ ਦੇ ਵਿੱਚ ਇਹ ਸਾਜ ਪੌਂਟਾ ਸਾਹਿਬ ਦੀ ਧਰਤੀ ਤੇ ਬਣਾਇਆ ਤੇ ਆਪ ਇਸ ਦੇ ਨਾਲ ਕੀਰਤਨ ਕੀਤਾ ਤੇ ਖਾਲਸੇ ਪੰਥ ਦੀ ਝੋਲੀ ਹੋਲੀ ਹੋਲੀ। ਇਹ ਜੋ ਸਾਜ ਹੈ ਭਾਈ ਸਾਹਿਬ ਭਾਈ ਗੁਰੂ ਸੇਵਕ ਸਿੰਘ ਜੀ ਵਜਾ ਰਹੇ ਨੇ, ਇਸ ਸਾਜ ਦਾ ਨਾਮ ਹੈ ਜੋੜੀ। ਤਬਲੇ ਦੀ ਜੋੜੀ ਦੇ ਵਿੱਚ ਬੇਅੰਤ ਅੰਤਰ ਹੈ, ਇਸ ਦੇ ਬੋਲ ਵੀ
ਇਸ ਦਾ ਵਾਦਾ ਡਿਫਰੈਂਟ ਹੈ ਤੇ ਮਹਾਰਾਜ ਜੀਆਂ ਨੇ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਰਬਾਬ ਦੇ ਨਾਲ ਕੀਰਤਨ ਕੀਤੀ। ਰਬਾਬ ਦੇ ਵਿੱਚ ਤਾਲ ਹੁੰਦਾ, ਸੁਰ ਵੀ ਤੇ ਤਾਲ ਹੁੰਦਾ, ਰਬਾਬੀ ਵੀ ਰਬਾਬ ਦੇ ਨਾਲ ਕੀਰਤਨ ਕਰਦੇ ਰਹੇ। ਪਰ ਸਮਾਂ ਬਣਿਆ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਨੇ ਇਸ ਜੋੜੀ ਨੂੰ ਆਪ ਘੜਿਆ ਤੇ ਡਿੱਠੇ ਸਭੇ ਥਾਲ ਨਹੀਂ ਤੁਜੇ ਸਤਿਗੁਰੂ ਜੀਆਂ ਦੇ ਹਜ਼ੂਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਦੇ ਨਾਲ ਆਰੰਭ ਕਰਦੇ। ਔਰ ਇਹ ਸਾਜ ਸਾਡੇ ਗੁਰੂ ਸਵਾਰੇ ਗੁਰੂ ਬਖਸ਼ੇ ਸਾਜ ਨੇ ਤੇ ਸਤਿਗੁਰੂ ਜੀ ਮਹਾਰਾਜ ਜੀ ਨੇ ਇਹਨਾਂ ਸਾਜਾਂ ਦੇ ਨਾਲ ਆਪ ਕੀਰਤਨ ਕੀਤਾ ਹੈ ਤੇ ਸੰਗਤਾਂ ਨੂੰ ਕਰਨ ਦਾ ਉਪਦੇਸ਼ ਬਖਸ਼ੇ ਕੀਤਾ ਹੈ। ਸਮਾਂ ਬਹੁਤ ਥੋੜ੍ਹਾ ਹੈ, ਆਪ ਜੀ ਕਿਰਪਾ ਕਰੋ ਇੱਕ ਸ਼ਬਦ ਦੀ ਹਾਜ਼ਰੀ ਉਪਰੰਤ ਹੁਕਮ ਹੋਇਆ ਸੀ ਕਿ ਥੋੜੇ ਸਮੇਂ ਲਈ ਸਿਮਰਨ ਦੀ ਹਾਜ਼ਰੀ ਲਗਾਉਣੀ ਹੈ, ਉਪਰੰਤ ਖਿਮਾ ਦੇ ਜਾ ਚੁੱਕਾ। ਜਿਸ ਪਿਆਰੇ ਸੋਨੇ
ਅਰਜ ਕੀ ਇਸ ਜਾਗੇ ਮਰਜ ਲੀ ਹੁਣ ਕਦ ਮਿਲੀਏ ਤੂੰ ਭਗਵੰਤਾ ਮੋਹੇ ਰਹਿਣ ਨਾ ਵਿਲਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ ਹਾਂ ਖੋਲੀ ਜੀਓ ਕੋਲ ਖੁਮਾ ਜੀਵਣਾ ਤਾਂ ਕੇ ਪਾਛੇ
ਦੁੱਖ ਦੁੱਖ ਦੀ ਸਿਮਰਨ ਦੀ ਹਾਜ਼ਰੀ ਦਾ ਆਪਣਾ ਪ੍ਰਵਾਨ ਕਰੇ। ਕਿਰਪਾ ਕਰਨੀ ਜਦੋਂ ਰਸਨਾ ਤੋਂ ਵਾਹਿਗੁਰੂ ਸਿਮਰਨ ਕਰਦੇ ਹੋਈਏ ਤਾਂ ਧਿਆਨ ਉਹਨਾਂ ਨੀਹਾਂ ਵਿੱਚ ਲੈ ਚੱਲਿਆ ਜਿੱਥੇ ਸਾਹਿਬਜ਼ਾਦਾ ਜੋਰਾਵਰ ਸਿੰਘ ਸਾਹਿਬ ਜੀ, ਸਾਹਿਬਜ਼ਾਦਾ ਫਤਿਹ ਸਿੰਘ ਸਾਹਿਬ ਜੀ ਖੜੇ ਨੇ। ਉਸ ਸਮੇਂ ਉਹਨਾਂ ਦੇ ਮੁੱਖ ਵਿੱਚੋਂ ਇਹੀ ਸਿਮਰਨ, ਇਹੀ ਧੁਨਾਂ, ਇਹੀ ਆਵਾਜ਼ਾਂ ਚੱਲਦੀਆਂ। ਉਹਨਾਂ ਨੀਹਾਂ ਨੂੰ ਆਪਣੇ ਚਿਹਨ ਦੇ ਵਿੱਚ ਧਿਆਨ ਕਰਦੇ ਹੋਏ ਉਹ ਥੋੜ੍ਹੇ ਸਮੇਂ ਦੇ ਲਈ ਸਿਮਰਨ ਦੇ ਵਿੱਚ ਜੁੜਨਾ ਕਰਨ ਲੱਗੇ। Thank you.
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿ ਸ਼੍ਰੀ ਅਕਾਲ।